अस्सलाम वालेकुम दोस्तों, आप देख रहे हैं उकाड़ा एनिमल टीवी और मैं आपका मेजबान राय साकिब अली। अज जनाब भरावान की खिदमत दे विच एक दूसरा वारा सूई झोटी की वीडियो लैके हाजिर होए हैं। जिन्हें मेरे सब्सक्राइबर मेरे नाल अटैच ने जां दूर दराज इलाकों दूसरे मुल्कों च बैठे मेरे भरा मेरे से इतमाद जां भरोसा करते हैं, उन्हां नूं शौक नाल जानवर वहाईंदे ने। बाकी सदा बादशाही उस सोहणे रब दी ते उहदा ही नां है ਅਤੇ ਜਿੰਨੇ ਇਹੋ ਜਿਹੇ ਅਨਮੋਲ ਹੀਰੇ ਬਣਾਏ ਨੇ ਅਤੇ ਯਕੀਨ ਕਰੋ ਕਿ ਪੈਸਾ ਨਾਲ ਵੀ ਚੰਗਾ ਜਾਨਵਰ ਲੱਭ ਜਾਵੇ ਨਾ ਤਾਂ ਵੀ ਬੜੀ ਖੁਸ਼ਕਿਸਮਤੀ ਹੈ। ਅਤੇ ਅੱਜ ਤੁਹਾਨੂੰ ਵੱਡਾ ਦੱਸਾਂਗੇ ਰਾਵੀ ਦੀ ਮੱਝ ਦੀਆਂ ਅਤੇ ਨੀਲੀ ਦੀਆਂ, ਇਨਸ਼ਾਅੱਲਾ ਤਾਲਾ ਪਿਓਰ ਨੂਰ ਸ਼ਾਹ ਦੇ ਇਲਾਕੇ ਦੀ ਰਾਵੀ ਦੀ ਮੱਝ ਹੈ ਅਤੇ ਬਾਕੀ ਪੂਰੇ ਮੈਦਾਨ ਮਾਰੇ ਨੇ, ਪੂਰੇ ਥੱਬਿਆਂ ਵਾਲਾ ਲਿਬਾਸ ਹੈ ਅਤੇ ਅੱਲਾਹ ਦੀ ਜ਼ਾਤ ਨੇ ਬੜੇ ਮਸਤ ਲਾਏ ਨੇ। ਇਨਸ਼ਾਅੱਲਾ ਇਹ ਮੱਝਾਂ ਨੇ ਜਿਹੜੀਆਂ 25-25 26-26 ਸਿਰ ਦੁੱਧ ਕਰਦੀਆਂ ਨੇ। ਸਿਆਣੇ ਆਖਦੇ ਨੇ ਕਿ ਜੇ ਭਾਂਡਾ ਹੋਏਗਾ ਤਾਂ ਕੁਛ ਕਰੇਗੀ। ਅੱਲਾਹ ਪਾਕ ਨੇ ਜਿਹੜਾ ਇਹਨੂੰ ਭਾਂਡਾ ਲਾਇਆ ਨਾ ਕਮਾਲਾਂ ਦਾ ਲਾਇਆ ਅਤੇ ਵੇਖ ਕੇ ਦਿਲ ਬੜਾ ਰਾਜ਼ੀ ਹੋਇਆ। ਅਤੇ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੀਰੇ ਵਾਲਾ ਹੁੰਦਾ ਜਿੰਨੇ ਹੀ ਉਹਦੀ ਮੱਝ ਖਰੀਦਣੀ ਹੁੰਦੀ ਅਤੇ ਬਾਕੀ ਮੇਰੇ ਭਰਾ ਜਿਹੜੇ ਨੇ ਸ਼ੌਕ ਪੂਰਾ ਕਰਨਗੇ। ਅਤੇ ਮੇਰਾ ਬੜਾ ਪਿਆਰਾ ਵੀਰ ਹੈ, ਉਹਨੇ ਕਿਹਾ ਜਨਾਬ ਤੁਹਾਡਾ ਸ਼ੌਕ ਪੂਰਾ ਕਰਾਉਣੇ ਆ। ਅਤੇ ਇਹ ਸਾਡਾ ਲਹਿੰਦਾ ਪੰਜਾਬ ਹੈ ਜਿੱਥੇ ਨੀਲੀ ਬਾਰ ਦੇ ਵਿੱਚ ਰਾਵੀ ਦੇ ਵਿੱਚ ਇਹੋ ਜਿਹੇ ਅਨਮੋਲ ਹੀਰੇ ਪੈਦਾ ਹੁੰਦੇ ਨੇ। ਹਜ਼ਾਰਾਂ ਮੱਝਾਂ ਦੇ ਵਿੱਚ ਕੋਈ ਇੱਕ ਅੱਧਾ ਇਹੋ ਜਿਹਾ ਅਨਮੋਲ ਹੀਰਾ ਜਿਹੜਾ ਨਾ ਬਣਦਾ। ਅਤੇ ਅੱਲਾਹ ਪਾਕ ਨੇ ਜਿਹੜੇ ਇਹਨੂੰ ਬਖਤ ਲਾਏ ਨੇ, ਸੋਹਣੀਆਂ ਹੱਡੀਆਂ, ਸੋਹਣੇ ਪੁੱਠੇ ਅਤੇ ਲਿਬਾਸ, ਧੁੰਨੀ ਤੋਂ ਲੈ ਕੇ ਸਾਰ ਤਿਕਰ ਅਤੇ ਸਾਰੇ ਕੰਮ ਹੀ ਝੋਟੀ ਦੇ ਚੰਗੇ ਨੇ ਇਨਸ਼ਾਅੱਲਾ ਤਾਲਾ। ਅਤੇ ਜਿਹੜੀ ਰਾਵੀ ਦੀ ਮੱਝ ਹੈ ਜਨਾਬ, ਇਹਦੀਆਂ ਵੀ ਬੜੀਆਂ ਠਾਠਾਂ ਨੇ। ਮੇਰਾ ਬੜਾ ਪਿਆਰਾ ਵੀਰ ਸ਼ੌਕਤ ਡੋਗਰ, ਉਹ ਵੀ ਰਾਵੀ ਦੀ ਮੱਝ ਨੂੰ ਬੜੀ ਤਰਜੀਹ ਦਿੰਦਾ ਅਤੇ ਕਈ ਮੇਰੇ ਭਰਾ ਨੀਲੀ 'ਤੇ ਬੈਠੇ ਆਉਂਦੇ ਨੇ, ਨੀਲੀ ਦੀ ਮੱਝ ਜੀ ਨੀਲੀ ਦੀ ਹੈ ਅਤੇ ਰਾਵੀ ਦੀ ਮੱਝ ਬੜੇ ਰਿਕਾਰਡ ਕਰਦੀ ਹੈ, ਬਿਲਕੁਲ ਤਾਜ਼ਾ ਸੂਈ ਅਤੇ ਬਹੁਤੀਆਂ ਗੱਲਾਂ ਕੋਨੀ ਜਨਾਬੇ ਵਾਲੀ। ਇੱਥੇ ਭਰਿਆ ਮੇਲਾ ਹੈ ਅਤੇ ਹਰ ਬੰਦਾ ਜਿਹੜਾ ਨਾ ਜਿਹਦੇ ਦਾਣਾ ਪਾਣੀ ਅੱਲਾਹ ਪਾਕ ਨੇ ਇਹਦਾ ਨਸੀਬਾਂ 'ਚ ਲਿਖਿਆ ਉੱਥੇ ਇਹਨੇ ਜਾਣਾ। ਦੂਸਰਾ ਵਾਰਾ ਅਤੇ ਸੋਹਣੀਆਂ ਵੰਡਾਂ ਅਤੇ ਸੋਹਣੀ ਝੋਟੀ ਹੈ। ਇਹਨੂੰ ਲਾਲਾ ਟੋਰ ਕੇ ਵਹਾਉਣਾ ਥੋੜ੍ਹਾ ਜਿਹਾ, ਇਹਦੇ ਥੱਲੇ ਜਾ ਕਿਹੜਾ ਉਹ ਕੱਟਾ ਕੱਟੀ, ਇਹ ਸਾਹਮਣੇ ਕੱਟਾ ਜੀ, ਬਿਲਕੁਲ ਗਿੱਲੇ ਨਾੜੇ, ਕੋਈ 5 ਦਿਨਾਂ ਦੀ ਸੂਈ ਹੋਈ ਹੈ ਅਤੇ ਐਵੇਂ ਇੱਧਰ ਨੂੰ ਘੁਮਾਇਆ ਜੇ। ਮੈਂ ਇਹਦੀ ਜਿਹੜੀ ਨਾ ਟੋਰ 'ਤੇ ਗੱਲ ਮੁੱਕ ਜਾਣੀ ਹੈ, ਮਾਸ਼ਾਅੱਲਾ ਅਸੀਂ ਖੁੱਲ੍ਹੀ ਛੱਡਦੀ ਪਰਾਂ ਨੂੰ ਜਾਣ ਦੇ। ਸੋਹਣਾ ਸਿਹਰੇ ਅਤੇ ਸੋਹਣੀਆਂ ਵੰਡਾਂ ਨੇ ਅਤੇ ਪੂਰੇ ਮਰਲੇ ਮਰਲੇ 'ਤੇ ਜਨਾਬ ਪੈਰ ਨੂੰ ਖਿਲਾਰਦੀ ਹੈ ਅਤੇ ਇਨਸ਼ਾਅੱਲਾ ਪੂਰੇ ਮੈਦਾਨ ਮਾਰੇ ਨੇ ਝੋਟੀ ਨੇ ਜੀ। ਅੱਲਾਹ ਪਾਕ ਨੇ ਜਿਹੜਾ ਇਹਨੂੰ ਭਾਂਡਾ ਲਾਇਆ, ਖਾਲਸ ਦੁੱਧ ਵਾਲਾ ਵਾਨਾ ਅਤੇ ਪੂਰੇ ਫੁੱਟ ਫੁੱਟ 'ਤੇ ਥਣਾਂ ਦੀਆਂ ਵੰਡਾਂ ਅਤੇ ਇਨਸ਼ਾਅੱਲਾ ਤਾਲਾ ਕੋਈ ਨਸੀਬਿਆਂ ਵਾਲਾ ਜਾਂ ਹੀਰਿਆਂ ਵਾਲਾ ਮੇਰਾ ਭਰਾ ਹੀ ਇਹਨੂੰ ਚਾਹੀਦਾ ਜਿਹੜਾ ਇਕੱਲੀ ਨੂੰ ਠੱਲ ਕੇ ਅਤੇ 20-25 ਸਿਰ ਦੁੱਧ ਦਿੰਦੇ ਕੋਲ ਲਵੇ। ਅਤੇ ਕਿਆ ਬਾਤ ਹੈ, ਜਾ ਰਾਜ਼ੀ ਹਾਂ ਤੇਰੇ 'ਤੇ। ਮੇਰੇ ਭਰਾ ਦਾ ਇਲਾਕਾ ਵੀ ਨੂਰ ਸ਼ਾਹ ਹੈ ਅਤੇ ਨੂਰ ਸ਼ਾਹ ਦੀਆਂ ਮੱਝਾਂ ਵੀ ਜਿਹੜੀਆਂ ਨੇ ਨਾ ਬੜੀਆਂ ਮੰਨੀਆਂ ਜਾਂਦੀਆਂ ਨੇ ਅਤੇ ਰੁਪਈਏ ਜਿਹੜੇ ਨੇ ਨਾ ਬੋਝੇ 'ਚੋਂ ਕੱਢ ਕੇ ਬੰਦਾ ਦੇ ਲੈਂਦਾ ਅਤੇ ਯਕੀਨ ਕਰੋ ਉਹ ਜਿਹਨੂੰ ਦਿੱਤੇ ਮਾਲਕ ਦੇਣ ਅਤੇ ਮੈਂ ਆਪਦੇ ਕਿੱਲੇ 'ਤੇ ਹੋ ਜਾਂਦੀ ਅਤੇ ਜੇ ਚੰਗਾ ਜਾਨਵਰ ਲੱਭ ਜਾਵੇ ਨਾ ਤਾਂ ਉਹ ਬੰਦੇ ਦਾ ਦਿਲ ਠਰਦਾ। ਮੱਝ ਨੂੰ ਤਾਂ ਬੰਦੇ ਨੇ ਸੁਬਾ ਸ਼ਾਮ ਵੇਖਣਾ ਹੁੰਦਾ ਅਤੇ ਇਨਸ਼ਾਅੱਲਾ ਤਾਲਾ ਪੂਰੀ ਸ਼ੌਂਕਾਂ ਵਾਲੀ ਹੈ ਅਤੇ ਭਰਾਵਾਂ ਦੇ ਜਨਾਬ ਸ਼ੌਕ ਪੂਰੇ ਕਰਾਏ ਨੇ। ਇੱਥੇ ਥਣਾਂ ਦੀ ਵੰਡ ਵੇਖਣੀ ਹੈ ਪੂਰੇ ਫੁੱਟ ਫੁੱਟ 'ਤੇ ਅਤੇ ਸੋਹਣਾ ਮਾਸ਼ਾਅੱਲਾ ਥਾਣੇ ਰੁਗ ਰੁਗ ਦਾ ਅਤੇ ਇਸ ਤੋਂ ਉੱਤੇ ਤਾਂ ਯਾਰ ਰਹਿ ਰੱਬ ਦਾ ਨਾਂ ਹੀ ਹੈ ਅਤੇ ਕਿਆ ਹੀ ਬਾਤਾਂ ਨੇ ਇਨਸ਼ਾਅੱਲਾ ਤਾਲਾ। ਇਸ ਤੋਂ ਬਾਅਦ ਤੁਹਾਨੂੰ ਨੂਰ ਸ਼ਾਹ ਦੀ ਮੱਝ ਜਿਹੜੀ ਨਾ ਉਹ ਵੀ ਵਹਾਵਾਂਗੇ। ਮੈਂ ਇਹ ਵੀ ਨੂਰ ਸ਼ਾਹ ਦੀ, ਬਾਕੀ ਇਹ ਰਾਵੀ 'ਚ ਪੈਂਦੀ ਹੈ ਅਤੇ ਉਹ ਨੂਰ ਸ਼ਾਹ ਦੇ ਇਲਾਕੇ ਦੀ ਮੱਝ ਦੀ ਜਿਹੜੀ ਨਾ ਵੰਡ ਹੋ ਰਹੀ ਅਤੇ ਸ਼ੌਂਕ ਵਾਲੀ ਅਤੇ ਸ਼ੌਂਕ ਦਾ ਮੁੱਲ ਕੋਨੀ ਇਨਸ਼ਾਅੱਲਾ। ਮੁੱਲ ਵੀ ਭਰਾ ਕੋਲੋਂ ਪੁੱਛਣੇ ਆ, ਇਹ ਥੱਲੇ ਕੱਟਾ ਭਲਵਾਨਾਂ ਤਰ੍ਹਾਂ ਜਨਾਬ, ਇਹਦੀਆਂ ਮਾਲਸ਼ਾਂ ਮੁਲਸ਼ਾਂ ਵੱਜ ਰਹੀਆਂ ਨੇ ਝੋਟੀ ਦੀਆਂ। ਇਹ ਸੋਹਣਾ ਰਿਜ਼ਕ ਹੈ ਜੀ ਅੱਲਾਹ ਦੀ ਜ਼ਾਤ ਨੇ ਬਣਾਇਆ
ਤੇ ਬਾਕੀ ਜਿਹੜੇ ਅੱਖਾਂ ਵਾਲੇ ਨੇ ਉਹ ਇਨਸ਼ਾਅੱਲਾ ਤਾਲਾ ਜਿਵੇਂ ਸ਼ਿਕਾਰੀ ਉੜਦੀ ਚਿੜੀ ਦੇ ਪਰ ਗਿਣ ਲੈਂਦੇ ਨੇ ਤੇ ਜਿਹੜੇ ਸ਼ਿਕਾਰੀ ਨੇ ਉਹਨਾਂ ਨੂੰ ਵੇਖ ਕੇ ਜਿਹੜਾ ਨਾ ਉਹਨਾਂ ਦਾ ਦਿਲ ਜਿਹੜਾ ਨਾ ਠਾਠਾਂ ਮਾਰੇਗਾ ਤੇ ਵੇਖ ਕੇ ਤੇ ਦਿਲ ਕਰਦਾ ਬੰਦਾ ਬਾਰ ਬਾਰ ਇਹਨੂੰ ਵਹਾਈ ਜਾਵੇ ਜੇ ਇਸ ਤਰ੍ਹਾਂ ਦਾ ਜਾਨਵਰ ਹੈ ਬਰੀ ਇਹ ਨਹੀਂ ਵੀ ਮੱਝ ਫੁੱਲ ਬਰੀਕੀਆਂ 'ਚ ਪੂਛ ਲੈਣ 'ਚ ਜਿਵੇਂ ਛਮਕ ਹੁੰਦੀ ਹੈ ਵੇਖੋ ਜੀ ਜਿਹੜੀ ਇਹਦੀ ਡਿਮਾਂਡ ਹੈ ਨਾ ਭਰਿਆ ਮੇਲਾ ਹੈ 8.5 ਲੱਖ ਰੁਪਈਆ ਹੈ ਅਤੇ ਕੋਈ ਇਹਦੀ ਡਿਮਾਂਡ ਨਹੀਂ ਇਨਸ਼ਾਅੱਲਾ ਤਾਲਾ ਜਿਹੜੇ ਮੇਰੇ ਭਰਾ ਸਮਝਦੇ ਨੇ ਚੰਗੀ ਮੈਂ ਲੱਭ ਜਾਵੇ ਨਾ ਰੁਪਈਆਂ ਨਾਲ ਵੀ ਅਤੇ ਅੱਲਾ ਦਾ ਸ਼ੁਕਰ ਹੈ ਅਤੇ 8.5 ਲੱਖ ਦੇ ਵਿੱਚ ਵੀ ਪਿਆਰ ਮੁਹੱਬਤ ਹੋਏਗਾ ਇਹ ਜਨਾਬ ਮੇਰੇ ਭਰਾ ਨੇ ਡਿਮਾਂਡ ਕੀਤੀ ਹੈ ਅਤੇ ਸੋਹਣਾ ਰਿਜ਼ਕ ਹੈ ਜੀ ਉਹਦਾ ਹੱਕ ਵੀ ਬਣਦਾ ਅੱਗੇ ਹਰ ਬੰਦੇ ਦੀ ਆਪਦੀ ਅਕਲ ਹੈ ਕਿਸੇ ਮੇਰੇ ਭਰਾ ਦੇ ਜਿਵੇਂ ਪਸੰਦ ਆਵੇ ਦੱਸਣਾ ਕਮੈਂਟ ਕਰਕੇ ਵੀ ਕੀ ਹੋ ਜਾ ਜਾਨਵਰ ਹੈ ਇੱਥੇ ਮੱਝ ਦੀਆਂ ਟੂਰਾਂ ਵੇਖਣੀਆਂ ਨੇ ਇਨਸ਼ਾਅੱਲਾ ਨੂਰ ਸ਼ਾਹ ਦੀ ਮੱਝ ਹੈ ਅਤੇ ਜਾ ਕਿਆ ਹੀ ਬਾਤ ਹੈ ਮਾਸ਼ਾਅੱਲਾ ਕਮਾਲਾਂ ਦਾ ਜਾਨਵਰ ਹੈ ਜੀ ਸੁਭਾਨ ਅੱਲਾ ਉਹ ਸੋਹਣੇ ਰੱਬ ਦੇ ਰੰਗ ਨੇ ਜੀ ਇਹ ਮੱਝਾਂ ਨੇ ਇਨਸ਼ਾਅੱਲਾ ਤਾਲਾ ਜਿਹੜੀਆਂ 30-30 ਸਿਰ ਦੁੱਧ ਕਰਦੀਆਂ ਨੇ ਅਤੇ ਕਮਾਲ ਦਾ ਭਾਂਡਾ ਮੱਝ ਨੂੰ ਲੱਗਿਆ ਲਾਇਆ ਪੁੱਤਰ ਬੰਨ ਸੋਹਣਾ ਜਾਨਵਰ ਅਤੇ 8.5 ਲੱਖ ਰੁਪਈਆ ਡਿਮਾਂਡ ਹੈ ਅਤੇ ਇਨਸ਼ਾਅੱਲਾ ਟਾਲ ਹੈ ਉਮੀਦ ਕਰਨਾ ਕਿ ਜਿਹੜੇ ਮੇਰੇ ਭਰਾ ਵੀਡੀਓ ਨੂੰ ਵੇਖਦੇ ਹੋਣਗੇ ਮਜ਼ਾ ਆਏਗਾ ਇਹ ਸਾਡੇ ਆਪਣਾ ਲਹਿੰਦੇ ਪੰਜਾਬ ਦੇ ਹੀਰੇ ਨੇ ਅਤੇ ਇਸ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਬਾਕੀ ਨਾ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਝੋਟੀ ਵਿਖਾਉਂਦੇ ਹਾਂ ਨੂਰ ਸ਼ਾਹ ਦੇ ਇਲਾਕੇ ਦੀ ਅੱਛਾ ਚਲੋ ਸਹੀ ਹੋ ਗਿਆ ਲਓ ਜੀ ਮਾਸ਼ਾਅੱਲਾ ਬਹੁਤ ਕਮਾਲ ਦੇ ਜਾਨਵਰ ਨੇ ਪਾਕਿਸਤਾਨ ਜ਼ਿੰਦਾਬਾਦ ਜੀ ਅੱਲਾ ਹਾਫਜ਼ ਸਿਰ ਵੀ ਭਰਾਵਾਂ ਨੂੰ ਵਿਖਾਇਆ ਸੋਹਣਾ ਮਾਸ਼ਾਅੱਲਾ ਫੱਬਦਾ ਨਾਲ ਜਿੰਨਾ ਕੁ ਵੀ ਹੈ ਨੰਬਰ ਲਿਖਾ ਦੇ ਤੂੰ ਬੋਲ ਨੰਬਰ ਅੱਛਾ 0340 ਭਾਈ ਇਹਨਾਂ ਕੋਲ ਮੱਝਾਂ ਬਹੁਤ ਚੰਗੀਆਂ ਹੁੰਦੀਆਂ ਨੇ ਯਕੀਨ ਕਰੋ ਪਿਛਲੇ ਮੇਲੇ 'ਤੇ ਮੀਆਂ ਪਰਵੇਜ਼ ਨੇ ਮੱਝ ਲਈ ਇਹਨਾਂ ਕੋਲ 10 ਲੱਖ ਦੀ ਬਾਕੀ ਰਹਿ ਰੱਬ ਦਾ ਨਾਂ ਹੈ ਜੀ ਉਹਨੇ ਵੀ ਜਾ ਕੇ ਰਿਕਾਰਡ ਕੀਤਾ ਇਹ ਮੱਝਾਂ ਉਹ ਨੇ ਜਿਹੜੀਆਂ ਮੇਲਿਆਂ 'ਤੇ ਚੁਵੀਂਦੀਆਂ ਨੇ ਅਤੇ ਹਰ ਮੈਂ ਦਾ ਕੰਮ ਤਾਂ ਨਹੀਂ ਨਾ ਜਿਵੇਂ ਆਉਂਦੇ ਨੇ ਨਾ ਦਲੇਰ ਬੰਦਾ ਮੈਦਾਨ ਮਾਰਦਾ ਅਤੇ ਦਲੇਰ ਮੱਝ ਹੀ ਜਿਹੜਾ ਨਾ ਮੈਦਾਨ ਮਾਰਦੀ ਹੈ ਅਤੇ ਆਪਦੇ ਭਰਾ ਕੋਲੋਂ ਨੰਬਰ ਵੀ ਲੈਂਦੇ ਹਾਂ ਇਨਸ਼ਾਅੱਲਾ ਤਾਲਾ ਬੋਲਿਆ ਜੇ ਨੰਬਰ 0340 673 670 ਇਹ ਲੋਕਲ ਕਿ ਵਟਸਐਪ ਨੰਬਰ ਹੈ ਨਹੀਂ ਇਹ ਲੋਕਲ ਚੱਲਦਾ ਪਿਆ ਅੱਛਾ ਚਲੋ ਜੀ ਪਾਕਿਸਤਾਨ ਜ਼ਿੰਦਾਬਾਦ ਜੀ ਅੱਲਾ ਹਾਫਿਜ਼